ਨਾ ਲਾਤੀ ਉਹਨੇ ਚਲ ਓਏ ਵੜਤਾ ਡਿਸਕਵਰੀ ਨਾਲ ਨਜ਼ਾਰਾ ਇੱਕ ਲਾਈਕ ਬਣਦਾ ਚਲ ਚਲ ਓਏ ਲੱਗਣ ਦੇ ਦੇ ਸਰ ਦੇ ਦੇ ਲੈ ਮਨਵੀਰ ਵੀ ਖਿੱਚਾ ਲਾਉਂਦਾ ਇਹਦਾ ਚਲ ਓਏ ਇੱਕ ਹੋਰ ਬੰਦਿਆਂ ਦੇ ਦਿਮਾਗ 'ਚ ਇੰਨਾ ਕੁ ਤਾਂ ਆਇਆ ਹੋਣਾ ਵੀ ਇਹ ਚੜਖੜਾ ਜਿਹਾ ਚੱਕੀ ਫਿਰਦੇ ਆ ਯਾਰ ਕਿਹੜਾ ਅਸੀਂ ਤਾਂ ਗੱਟੂ ਨਾਲ ਡਾਉਂਦੇ ਹਾਂ ਵੀ ਇਹ ਚੜਖੜਾ ਜਿਹਾ ਕਿਹੜਾ ਚੱਕੀ ਫਿਰਦੇ ਆ ਵੈਲਕਮ ਬੈਕ ਟੂ ਅਨਦਰ ਵਲੌਗ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਹੈਪੀ ਇੰਡੀਪੈਂਡੈਂਸ ਡੇ ਫਸਟ ਆਫ ਆਲ ਸਾਰਿਆਂ ਨੂੰ ਤੁਹਾਨੂੰ ਆਪਣੇ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਅੱਜ ਆਪਾਂ ਜਿਵੇਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ 15 ਅਗਸਤ 'ਤੇ ਤੁਹਾਡੇ ਲਈ ਕਾਈਟ ਵਲੌਗ ਲੈ ਕੇ ਆਊਂ ਤਾਂ ਅੱਜ ਕਾਈਟ ਵਲੌਗ ਲਈ ਹੀ ਲੁਧਿਆਣੇ ਚੱਲੇ ਹਾਂ ਇੱਕ ਗੱਲ ਵਧੀਆ ਹੋਈ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਧੁੱਪ ਵੀ ਨਹੀਂ ਪਲੱਸ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਆ ਤਾਂ ਅੱਜ ਬੜਾ ਘੈਂਟ ਕਾਈਟ ਵਲੌਗ ਆਊ ਤੁਸੀਂ ਉਹਨੂੰ ਬੜਾ ਇੰਜੋਏ ਕਰਿਓ ਆ ਪੂਰਾ ਵਲੌਗ ਜੋ ਵੀ ਚੱਲ ਰਿਹਾ ਪੂਰਾ ਐਂਡ ਤੱਕ ਦੇਖਿਓ ਬੈਸਟ ਦੇਵਾਂਗੇ ਆਪਣੇ ਵੱਲੋਂ ਵੀ ਤੁਹਾਨੂੰ ਮਜ਼ਾ ਆਵੇ ਪੂਰਾ ਲਾਈਕ ਕਰ ਦਿਓ ਵੀ ਮਿਹਨਤ ਕਰ ਰਹੇ ਹਾਂ ਫਿਲਹਾਲ ਕਿਉਂਕਿ ਸਾਡੇ 15 ਅਗਸਤ 'ਤੇ ਉੱਡਦੇ ਨਹੀਂ ਸਪੈਸ਼ਲ ਲੁਧਿਆਣੇ ਚੱਲੇ ਹਾਂ ਸਿਰਫ ਤੁਹਾਡੇ ਲਈ ਵਲੌਗ ਸ਼ੂਟ ਕਰਨ ਤਾਂ ਇੱਕ ਲਾਈਕ ਬਣਦਾ ਉਸ ਤੋਂ ਪਹਿਲਾਂ ਮੇਰੇ ਕੋਲ ਨਾ ਤੁਹਾਡੇ ਲਈ ਇੱਕ ਐਕਸਾਈਟਿੰਗ ਚੀਜ਼ ਆ ਆਹ ਦੇਖੋ ਕਾਫੀ ਸਾਰੇ ਮੇਰੇ ਕੋਲ ਤੁਹਾਨੂੰ ਕੂਪਨ ਦਿਖ ਰਹੇ ਹੋਣੇ ਆ ਨਾ ਇਹ ਜਿਹੜੇ ਕੂਪਨ ਨੇ ਸਾਨੂੰ ਮਿਲੇ ਸੀ ਮੌਲ 'ਚ ਸ਼ੋਪਿੰਗ ਕਰਨ 'ਤੇ ਮਤਲਬ 5000 ਦੀ ਸ਼ੋਪਿੰਗ ਕਰਨ 'ਤੇ ਇੱਕ ਕੂਪਨ ਮਿਲਿਆ ਸੀ ਅਤੇ ਮੇਰੇ ਕੋਲ ਕਾਫੀ ਸਾਰੇ ਕੂਪਨ ਨੇ ਆਹ ਦੇਖੋ ਇਹਨਾਂ ਦੇ ਵਿੱਚ ਅਲੱਗ ਅਲੱਗ ਪ੍ਰਾਈਜ਼ ਅਲੱਗ ਅਲੱਗ ਪ੍ਰਾਈਜ਼ ਆ ਜਿਵੇਂ ਆਹ ਦੇਖੋ ਆਹ ਜੇ 2106 ਨੰਬਰ ਆ ਗਿਆ ਤਾਂ ਇੰਡੀਆ ਟ੍ਰਿਪ ਮਿਲੂਗਾ ਜਾਂ 2214 ਆਹ ਵਾਲੀ ਟਿਕਟ ਦਾ ਨੰਬਰ ਆ ਗਿਆ ਤਾਂ ਆਪਾਂ ਨੂੰ ਦੁਬਈ ਟ੍ਰਿਪ ਮਿਲੂਗਾ ਜਾਂ ਫਿਰ ਜਿਵੇਂ ਆਹ ਦੇਖੋ ਆਹ ਵਾਲਾ 1061 ਇਹ MBD ਮੋਲ ਦਾ ਵਾ ਇਹ ਅਲੱਗ ਅਲੱਗ ਮੋਲ ਦੇ ਕੂਪਨ ਨੇ ਇਹ ਨੰਬਰ ਆ ਗਿਆ ਤਾਂ ਆਪਾਂ ਨੂੰ ਬੁਲਟ ਮੋਟਰਸਾਈਕਲ ਜਿੱਤਣ ਨੂੰ ਮਿਲੂ ਤਾਂ ਵਲੌਗ ਆਪਾਂ 1:30-2 ਵਜੇ ਪਤੰਗ ਉਡਾਉਣੇ ਸਟਾਰਟ ਕਰਾਂਗੇ ਉਸ ਤੋਂ ਪਹਿਲਾਂ ਨਾ ਮੋਲ ਚੱਲ ਗਏ ਮਾੜਾ ਕੁ ਦੇਖ ਕੇ ਆਉਂਦੇ ਹਾਂ ਕੀ ਮਾਹੌਲ ਆ ਅਤੇ ਜੇ ਅੱਜ ਕੋਈ ਕੂਪਨ ਨਿਕਲੇ ਆ ਮਤਲਬ ਕਿ ਮੈਨੂੰ ਅੰਦਰੋਂ ਪਤਾ ਨਹੀਂ ਵਾਈਬ ਆ ਰਹੀ ਆ ਬਾਕੀ ਪਤਾ ਨਹੀਂ ਨਿਕਲੂਗਾ ਨਹੀਂ ਨਿਕਲੂਗਾ ਉਹ ਤਾਂ ਰੱਬ ਦੇ ਹੱਥ ਆ ਵਾਈਬ ਆ ਰਹੀ ਆ ਦੇਖਦੇ ਹਾਂ ਕੀ ਬਣਦਾ ਤਾਂ ਅੱਜ ਦਾ ਵਲੌਗ ਕਾਫੀ ਐਕਸਾਈਟਿੰਗ ਹੋਣ ਵਾਲਾ ਇਹਨੂੰ ਸਾਈਡ 'ਤੇ ਰੱਖਦਾ ਮੈਂ ਫਿਲਹਾਲ ਮੈਂ ਚੱਲਾਂ ਮਨਵੀਰ ਨੂੰ ਪਿੱਕ ਕਰਨ ਉਹਨੂੰ ਪਿੱਕ ਕਰਦੇ ਹਾਂ ਉਹ ਪਤੰਗ ਵਗੈਰਾ ਆਪਣੇ ਪੈਕ ਕਰ ਰਿਹਾ ਸੀ ਪਲੱਸ ਮਾਂਝੇ ਵਗੈਰਾ ਜੋ ਵੀ ਨੇ ਉਹ ਪੈਕ ਕਰਦਾ ਪਿਆ ਸੀ ਉਹਨੂੰ ਚੱਕਦੇ ਹਾਂ ਫਿਰ ਆਪਾਂ ਸਿੱਧਾ ਨਿਕਲਦੇ ਹਾਂ ਲੁਧਿਆਣੇ ਨੂੰ ਅੱਜ ਦਾ ਵਲੌਗ ਮੇਕ ਸ਼ੋਰ ਲਾਈਕ ਕਰਿਓ ਹਾਲਾ ਆਉਂਦੇ ਆਉਂਦੇ ਸਾਰੇ ਇਹਦਾ ਕਬਾੜ ਲੈ ਗਿਆ ਰਾਹ 'ਚ ਕਦੇ ਕੁਛ ਡਿੱਗ ਪਿਆ ਕਦੇ ਕੁਛ ਡਿੱਗ ਪਿਆ ਲਓ ਜੀ ਪਤੰਗ ਆ ਗਏ ਨੇ ਥੱਲੇ ਰੱਖ ਦੀ ਐਤਕੀ ਸੀਟ 'ਤੇ ਨਾ ਰੱਖੀ ਠੀਕ ਆ ਓਕੇ ਆ ਚੱਲੀਏ ਚਲੋ ਜੀ ਆ ਜਾਓ ਕੂਪਨ ਜੀ ਚੱਕ ਲੈ ਪਤੰਗੀ ਚੱਕ ਓਹੋ ਸਜਾਏ ਰੇ ਦੇਖੀ ਇੱਕ ਤਾਂ ਨਿਕਲੂ ਬ੍ਰੋ ਹਾਂ ਹਾਂ ਨਿਕਲੂਗਾ ਖਬਰਾਂ ਸਾਰੀ ਨਿਕਲਿਆ ਨਾ ਫਿਰ ਤਾਂ ਨਜ਼ਾਰਾ ਪਾਰਟੀ ਵੱਡੀ ਆ ਫਿਰ ਲੁਧਿਆਣੇ ਆਪਾਂ ਪਹੁੰਚ ਗਏ ਆ ਮੌਸਮ ਵੈਸੇ ਸੋਚਿਆ ਤਾਂ ਮਾੜਾ ਮੋਟਾ ਠੀਕ ਠਾਕ ਸੀਗਾ ਵੀ ਵਧੀਆ ਜਿਹਾ ਹੋ ਜਾਵੇ ਹੋਇਆ ਤਾਂ ਵੈਸੇ ਉਹੋ ਜਿਹਾ ਹੀ ਹੋਇਆ ਪਰ ਐ ਲੱਗ ਰਿਹਾ ਵੀ ਮੀਂਹ ਪੈ ਸਕਦਾ ਨਾ ਮੀਂਹ ਵਾਲਾ ਮੈਨੂੰ ਤਾਂ ਪੂਰਾ ਲੱਗ ਰਿਹਾ ਵੀ ਮੀਂਹ ਹੀ ਪਊਗਾ ਮੀਂਹ ਨਾ ਪੈ ਜਾਵੇ ਖਰਾਬ ਹੋਊ ਫਿਰ ਮਾਹੌਲ ਹਾਂ ਮਾਹੌਲ ਖਰਾਬ ਹੋਊਗਾ ਮੀਂਹ ਨਾ ਪੈ ਜਾਵੇ ਵੈਸੇ ਪਤੰਗ ਪਤੰਗ ਤਾਂ ਚੜ੍ਹਦੇ ਪਏ ਆ 3-4 ਪਿੱਛੇ ਚੜ੍ਹਦੇ ਅਸੀਂ ਦੇਖਿਆ ਇੱਕ ਦੋ ਹੁਣ ਫੇਰ ਚੜ੍ਹਦੇ ਪਏ ਨੇ ਲਓ ਜੀ ਆ ਲਏ ਆ ਸਨ ਗਲਾਸਿਸ ਪੁਲਿਸ ਦੇ ਕਿੱਦਾਂ ਲੱਗੇ ਲਓ ਬਈ ਆ ਗਲਾਸਿਸ ਲਏ ਨੇ ਸੋ ਗਾਈਜ਼ ਇੱਥੇ ਲੰਚ ਵਗੈਰਾ ਕਰ ਰਹੇ ਹਾਂ ਲੰਚ ਵਗੈਰਾ ਕਰਕੇ ਅਸੀਂ ਸਿੱਧਾ ਨਿਕਲਾਂਗੇ ਲੋਕੇਸ਼ਨ 'ਤੇ ਜਿੱਥੇ ਅਸੀਂ ਪਹੁੰਚਣਾ ਵਾ ਵਲੌਗ ਵਗੈਰਾ ਸ਼ੂਟ ਕਰਾਂਗੇ ਬਾਕੀ ਇੱਧਰ ਦੇਖ ਲਓ ਤੰਦੂਰੀ ਸਨੈਕਸ ਵਗੈਰਾ ਚੱਲ ਰਹੇ ਨੇ ਲੰਚ ਕਰਕੇ ਨਿਕਲ ਚੁੱਕੇ ਹਾਂ ਉਰੇ ਫਾਟਕਾਂ 'ਤੇ ਖੜ੍ਹੇ ਹਾਂ ਬਸ ਉਰੇ ਫਾਟਕ ਖੁੱਲ੍ਹਣ ਫਟਾਫਟ ਅਸੀਂ ਪਹੁੰਚਾਂਗੇ ਲੋਕੇਸ਼ਨ 'ਤੇ ਅਤੇ ਮੌਸਮ ਫਿਲਹਾਲ ਥੋੜ੍ਹੀ ਥੋੜ੍ਹੀ ਧੁੱਪ ਆ ਗਈ ਹੁਣ ਦੇਖਦੇ ਹਾਂ ਉੱਥੇ ਜਾ ਕੇ ਕੀ ਮਾਹੌਲ ਰਹਿੰਦਾ ਤੁਹਾਨੂੰ ਸਾਰਾ ਮਾਹੌਲ ਦਿਖਾਉਂਦੇ ਹਾਂ ਪਿਛਲੀ ਵਾਰ ਤਾਂ ਬੜਾ ਘੈਂਟ ਮਾਹੌਲ ਸੀ ਬਹੁਤ ਵਧੀਆ ਪਤੰਗ ਵਗੈਰਾ ਉੱਡੇ ਨੇ ਐਤਕੀ ਦੇਖਦੇ ਹਾਂ ਨਾ ਕੀ ਮਾਹੌਲ ਰਹਿੰਦਾ ਹੋਰ ਨਜ਼ਾਰਾ ਧੁੱਪ ਨਿਕਲਿਆ ਯਾਰ ਪਰ ਲੋਕੇਸ਼ਨ 'ਤੇ ਆ ਗਏ ਹੁਣ ਪਤੰਗ ਦੇਖਦੇ ਹਾਂ ਕਿਹੜਾ ਡਈਏ ਇਹਨਾਂ 'ਚੋਂ ਆਹ ਦੇਖਦੇ ਉੱਡਾ ਕੇ ਉੱਡਦੇ ਵਧੀਆ ਸੀਗੇ ਹਾਂ ਇਹ ਤਾਂ ਘੈਂਟ ਸੀ ਪੂਰੇ ਆਹੀ ਚੜ੍ਹਦੇ ਪਏ ਨੇ ਮੇਰੇ ਖਿਆਲ ਹਾਂ ਮਗਰ ਉੱਡਦੇ ਪਏ ਆ ਛੱਜ ਜੇ ਆਪਣੇ ਨਾਲ ਦੀ ਪੂਤ ਵਾਲਾ ਡਰ ਤਾਂ ਨਹੀਂ ਜਾਏਗਾ ਸ਼ੀਸ਼ਾ ਦੇਖ ਕੇ ਗਰਮੀ ਪੂਰਾ ਬਹੁਤ ਪੂਰਾ ਜਿੰਨਾ ਠੰਡਾ ਪਹਿਲਾਂ ਮਾਹੌਲ ਬਣਿਆ ਸੀ ਓਨਾ ਹੀ ਗਰਮ ਹੋ ਗਿਆ ਪੂਰਾ ਬਸ ਤੁਹਾਨੂੰ ਕੀ ਦੱਸੀਏ ਲਾਈਕ ਕਰ ਦਿਓ ਫਟਾਫਟ ਸਾਡੇ ਲਈ ਪਿਛਲੀ ਵਾਰ ਥੋੜਾ ਵੱਧ ਘੈਂਟ ਮਾਹੌਲ ਸੀ ਇਸ ਵਾਰ ਥੋੜਾ ਘੱਟ ਆ ਡੋਰ ਆਪਾਂ ਕਿਹੜੀ ਲੈ ਕੇ ਆਏ ਆ ਡੋਰ ਦਿਖਾ ਦੇ ਡੋਰ ਇੱਕ ਤਾਂ ਆ ਸੀਗੀਆਂ ਇੱਕ ਆ ਸੀ ਆਪਣੀ ਪਾਂਡਾ ਇਹ ਨਹੀਂ ਯੂਜ਼ ਕਰਾਂਗੇ ਇਹ ਤਾਂ ਲੋਕਲ ਮੰਡੀ ਵਾਲੀਆਂ ਹੀ ਨੇ ਤੀਜੀ ਦਿਖਾ ਜਿਹੜੀ ਆਪਣੀ ਅਸਤਰ ਸ਼ਸਤਰ ਆਹ ਪੂਰੀ ਡਿਸਕਵਰੀ ਮਾਂਝਾ ਜੀ ਡਿਸਕਵਰੀ ਦਾ ਇੰਡੀਅਨ ਮਾਂਝਾ ਥਰੈਡ ਵਾਲਾ ਪੂਰਾ ਬੰਬ ਧਿਆਨ ਨਾਲ ਦੇਖੋ ਡੋਰ ਦੇਖੋ ਤੁਹਾਨੂੰ ਕੰਚ ਦਿਖ ਰਿਹਾ ਮੈਂ ਕਲੋਜ਼ ਕਰ ਰਿਹਾ ਕੰਚ ਦਿਖ ਰਿਹਾ ਉਹ ਇਹਦੇ ਨਾਲ ਡਾਵਾਂਗੇ ਲੈ ਵੀ ਪਾਤੜਾਮ ਇਹ ਸਪੈਸ਼ਲ ਅਸੀਂ ਮੰਗਾਈ ਸੀ
ਬਰੇਲੀ ਤੋਂ ਇੱਕ ਬਹੁਤ ਤਗੜਾ ਕਲਾਕਾਰ ਆ ਉਹਦਾ ਮਾਂਝਾ ਹੈ। ਲਓ ਜੀ ਪਹਿਲਾ ਗੋਡਾ ਆਪਣਾ ਪਹਿਲਾ ਪਤੰਗ 15 ਅਗਸਤ ਦਾ ਹੈਪੀ ਇੰਡੀਪੈਂਡੈਂਸ ਡੇ ਸਾਰਿਆਂ ਨੂੰ। ਬਾਈ ਉਹ ਇੱਕ ਉੱਧਰ ਕ ਉੱਡ ਰਿਹਾ ਉਹ ਸਾਡੇ ਨਾਲ ਮੈਨੂੰ ਲੱਗਦਾ ਹੁਣੀ ਪੇਚਾ ਲਾਉਣ ਆਊ ਉਹ ਮਗਰੋਂ ਉੱਡ ਰਿਹਾ। ਅਸੀਂ ਤਾਂ ਡੋਰ ਵੀ ਘੈਂਟ ਪੂਰੀ ਵਰਤ ਰਹੇ ਹਾਂ ਹੈਂ ਵੱਧ ਰਹੇ ਨਹੀਂ ਹੈਗੇ ਨਹੀਂ ਸਾਰਾ ਕੋ ਪਤਾ ਚੱਲੂ। ਹਾਂ ਚੜਦੇ ਉੱਤਰਲੀ ਹਵਾ ਹੋ ਜਾਂਦੀ ਹੈ ਜਿਹੜੀ। ਚੱਲ ਵੀ ਥੱਲੇ ਤੁਣਕਾ ਥੱਲੇ ਨੂੰ ਮਾਰ ਵਧਾ ਲਾ ਪੂਰਾ ਐਨ ਸਰਾਂ ਚ ਲੱਗਣਗੇ ਵੇਚੇ ਵਧੀਆ ਉਹ ਕੰਟਰੋਲ ਕਰ ਲਵੇ ਬਾਕੀ ਸਾਰਾ ਕੁਝ ਠੀਕ ਹੈ। ਥੋੜੀ ਹਵਾ ਜੀ ਘੱਟ ਆ ਨਹੀਂ ਪਤੰਗ ਪਤੰਗ ਜੇ ਤਾਂ ਦੇਖੋ ਮਾੜਾ ਇੱਕੋ ਥੱਲੇ ਜਾ ਉੱਡਦਾ ਪਿਆ ਇੱਕ ਬੰਦਾ ਇੱਧਰ ਲੱਗਿਆ ਹੋਇਆ ਤੁਣਕੇ ਜੇ ਮਾਰ ਮਾਰ ਇੱਕ ਉੱਧਰ ਲੱਗਿਆ ਹੋਇਆ ਬੰਦਾ ਦੋ ਚਾਰ ਹਵਾ ਜੇ ਕਰਕੇ ਅੱਜ ਪੰਗਾ ਪੈ ਰਿਹਾ ਜੇ ਹਵਾ ਘੈਂਟ ਹੁੰਦੀ ਨਾ ਬਹੁਤ ਉੱਡਣੇ ਸੀ ਪਿਛਲੀ ਵਾਰ ਬਹੁਤ ਉੱਡਿਆ ਯਾਰ ਅਸੀਂ ਆਏ ਸੀ ਤਾਂ ਹੀ ਕਰਕੇ ਤਾਂ ਅਸੀਂ ਹੁਣ ਇੰਨਾ ਸਟੈਸ਼ ਲੈ ਕੇ ਆਏ ਸੀ। ਲੱਗਣ ਵਾਲਾ ਹੀ ਵਿੱਚ ਆ ਉਹ ਬੰਦਾ ਖਿੱਚ ਤਾਂ ਲਾ ਰਿਹਾ ਚੱਪ ਖਾ ਗਿਆ ਵੇਚਾ ਤਾਂ ਨਹੀਂ ਪਿਆ ਰੰਗ ਵੀ ਫੋ ਫੁੱਦੂਗਾ ਤੁਣਕਾ ਹੀ ਮਾਰੀ ਜਲ ਤੂੰ ਤੁਣਕਾ ਮਾਰ ਮਾਰ ਵਧਾ ਲਾ ਬਸ ਇਹਨੂੰ ਇੱਕ ਵਾਰ ਯਾਰ ਉਹਨੇ ਵੀ ਢਿੱਲਾ ਛੱਡ ਘੁਮਾ ਕੇ ਖਿੱਚ ਲਾਵਾਂ ਨਾ ਲਾਤੀ ਉਹਨੇ ਚੱਲ ਵੜਤਾ ਡੋਰ ਦੇਖੋ ਕੁਛ ਨਹੀਂ ਕੀਤਾ ਮਾੜਾ ਜਿਹਾ ਕੌਣ ਕੌਣ ਕਹਿੰਦਾ ਧਾਗੇ ਵਾਲੀ ਨਹੀਂ ਵੜਦੀ ਹਜੇ ਹਲਕੀ ਜੀ ਸਾਰ ਦਿੱਤੀ ਹੈ ਹਲਕੀ ਜੀ ਹਲਕੀ ਉਹ ਜਾਂਦਾ ਨਹੀਂ ਕੁਛ ਕੀਤਾ ਹੀ ਨਹੀਂ ਮੈਂ ਤਾਂ ਇਹ ਸੋਚਦਾ ਸੀ ਵੀ ਭਾਈ ਸਾਰ ਦੇਣੀ ਪੈ ਸਕਦੀ ਹੈ ਧਾਗੇ ਵਾਲੀ ਕੌਣ ਕਹਿੰਦਾ ਨਹੀਂ ਵੜਦੀ ਲਓ ਇੰਡੀਅਨ ਮਾਂਝੇ ਨਾਲ ਲਾਈਵ ਇੱਕ ਪਤੰਗ ਕੱਟ ਬਿਨਾਂ ਹਵਾ ਤੋਂ ਵੀ ਵੜਤਾ ਹਵਾ ਆਉਂਦੀ ਫਿਰ ਤਾਂ ਪਤਾ ਨਹੀਂ ਕੀ ਕੁਛ ਕਰ ਦਿੰਦੇ ਸਾਡੇ ਮਨਵੀਰ ਜੀ ਜ਼ੋਰ ਮਾਰਦੇ ਹੋਏ ਕਹਿੰਦੇ ਅਸੀਂ ਉਹਦੀ ਛੱਤ ਤੇ ਲੈ ਕੇ ਜਾਵਾਂਗੇ ਆਪਣਾ ਛੱਜ ਜੀ ਪਰ ਭੂਤ ਡਰ ਗਿਆ ਮੇਰਾ ਭੂਤ ਹੀ ਡਰ ਗਿਆ ਨਹੀਂ ਜਾਂਦਾ ਹਵਾ ਉੱਧਰਲੀ ਹੈ ਨਾ ਹਾਂ ਲਓ ਬਈ ਹੁਣ ਅਸੀਂ ਡਾਉਂਦੇ ਆ ਆਹ ਵਾਲੀ ਪਰੀ ਉਹ ਵਾਲਾ ਛੱਜ ਜੋ ਆ ਉਹ ਉੱਤਰ ਗਿਆ ਹਵਾ ਬਹੁਤ ਘੱਟ ਸੀ ਆ ਪਰੀ ਹੋ ਸਕਦਾ ਚੜ ਜਾਵੇ ਇਹ ਤਾਂ ਹਵਾ ਓਹੋ ਜੀ ਆ ਵੀ ਇੱਕ ਵਾਲਾ ਵੀ ਦੋ ਵਾਲੇ ਤਿੰਨ ਵਾਲੇ ਪਤੰਗ ਰਹੋ ਵੀ ਮਸਾਂ ਚੜਨਗੇ ਤਾਂ ਵੀ ਉਹ ਚੜ ਗਿਆ ਬਸ ਇਹ ਅਸੀਂ ਵਲੌਗ ਸਾਡਾ ਬਣਾਉਣ ਦਾ ਮੂਡ ਮਾਡ ਨਹੀਂ ਤਾਂ ਬਣਾਈ ਜਾਂਦੇ ਆ ਤੁਹਾਨੂੰ ਕਿਹਾ ਹੋਇਆ ਵੀ 15 ਅਗਸਤ ਦਾ ਵਲੌਗ ਲੈ ਕੇ ਆਵਾਂਗੇ ਤਾਂ ਲੈ ਕੇ ਆਵਾਂਗੇ ਤਾਂ ਲਾਈਕ ਬਣਦਾ ਲਓ ਬਈ ਤੁਹਾਨੂੰ ਕਿਹਾ ਸੀ ਨਾ ਮਾੜੀ ਹਵਾ ਚੱਲਣ ਦੀ ਦੇਰ ਆ ਇੱਕ ਆ ਉੱਪਰ ਪੀਲਾ ਜਿਹਾ ਉੱਡਦਾ ਇੱਕ ਉੱਥੇ ਉਹ ਪਰੀ ਜੀ ਉੱਡਦੀ ਇੱਕ ਉਹ ਉੱਡਦੇ ਤੁਹਾਨੂੰ ਮਾੜਾ ਜੂਮ ਕਰਕੇ ਦਿਖਾਉਂਦਾ ਜੇ ਥੋੜ੍ਹੀ ਹੋਰ ਹਵਾ ਚੱਲ ਪਈ ਇਹ ਵਾਧੂ ਉੱਡਣ ਲੱਗ ਜਾਣਾ ਮਗਰਲਾ ਮਾਹੌਲ ਦੇਖ ਲਓ ਥੋੜ੍ਹਾ ਜੇ ਥੋੜ੍ਹੀ ਹੋਰ ਹਵਾ ਹੁੰਦੀ ਨਾ ਨਜ਼ਾਰਾ ਆਉਣਾ ਸੀ ਲਓ ਆਪਣੀ ਪਰੀ 'ਚ ਵੀ ਤੜਾਮਾਂ ਪੈ ਗਈਆਂ ਮੇਨ ਗੱਲ ਇਹ ਆ ਜੀ ਮੇਨ ਗੱਲ ਇਹ ਆ ਜੀ ਓ ਹੋ ਐਤਕੀ ਨਾ ਵਾਪਣਾ ਜਾਵੇ ਪਰ ਹੈਗੀ ਆਪਣੇ ਕੋਲ ਡਿਸਕਵਰੀ ਆ ਨਾ ਮੇਨ ਗੱਲ ਇਹ ਆ ਅਡਾਉਂਦੇ ਡਿਸਕਵਰੀ ਨਾਲ ਆ ਚੱਲਦੀ ਆ ਨਾ ਹੁਣ ਤਾਂ ਹਵਾ ਘੈਂਟ ਪੂਰੀ ਖਿੱਚਾਂ ਲਾਏਗਾ ਪਤੰਗ ਤਾਂ ਸੈੱਟ ਆ ਧਿਆਨ ਨਾਲ ਪਹਿਲਾਂ ਵਧਾ ਲਈ ਉਹ ਦੇਖ ਪਹਿਲਾਂ ਹੀ ਲਾਉਣ ਆਉਂਦੇ ਆ ਉਰੇ ਤਾਂ ਲੱਗ ਗਿਆ ਪੀਲੇ ਨਾਲ ਦੇਖੋ ਜਮੀ ਗੁੰਝਲ ਨੀ ਪਈ ਜਿਵੇਂ ਜਿਹੜਾ ਲਾਇਆ ਸੀ ਉਵੇਂ ਝਾੜ ਲਿਆ ਆ ਇੱਕ ਉੱਤੇ ਇੱਕ ਹੋਰ ਆ ਗਿਆ ਚਾਰ ਪੰਜ ਆ ਗਏ ਉਹ ਇੱਧਰ ਕਰ ਦਿਖਦੀ ਨੀ ਦਿਖਦੀ ਨੀ ਉਹਨੇ ਪੇਚਾ ਲਾਣਾ ਹਲੇ ਨੇ ਚੜਖੜਾ ਚੱਕ ਓਹੋ ਹਵਾ ਬੜੀ ਸੋਹਣੀ ਆ ਗਈ ਗਾਈ ਚ ਲਾ ਕੇ ਸਿੱਕ ਨਾਲ ਖਿਚਮ ਖਚਈਆ ਕਰਨ ਦਾ ਵੀ ਕਰਦਾ ਖਿਚਮ ਖੁਚਮ ਖਚਈਆ ਨੀ ਸਰ ਧਰਦੇ ਓਏ ਮਨਵੀਰ ਸਰ ਧਰਦੇ ਤੇ ਪੀਲੇ ਤੇ ਬਾਈ ਨੀ ਸਰ ਧਰਦੇ ਤੇ ਪੀਲੇ ਤੇ ਰੱਖ ਦੇ ਚੱਲ ਡਿਸਕਵਰੀ ਜੀ ਧਾਗੇ ਵਾਲੀ ਆ ਇੱਕ ਉੱਪਰ ਆ ਗਿਆ ਉਹ ਲਾਉਂਦੇ ਹੀ ਨਹੀਂ ਭੱਜ ਗਿਆ ਨਾਲੇ ਮੈਂ ਗਰੰਟੀ ਦਿੰਦਾ ਪੀਲੇ ਵਾਲੇ ਕੋਲ ਵੀ ਚਾਈਨਾ ਹੋਊ ਯਾਰ ਉਹਦੇ ਕਿਵੇਂ ਡਾਲਣਗੇ ਡਿਸਕਵਰੀ ਗਾਈਸ ਦੂਜਾ ਪਤੰਗ ਕੱਟ ਉਹ ਦੇਖੋ ਛੱਜ ਆ ਗਿਆ ਛੱਜ ਆ ਗਿਆ ਛੱਜ ਆ ਗਿਆ ਦੇ 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 ਸਰ ਦੇ 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 ਲੈ ਮਨਵੀਰ ਵੀ ਖਿੱਚਾ ਲਾਉਂਦਾ ਚੱਲ ਇੱਕ ਹੋਰ ਲੈ ਬਈ ਆਹ ਵੀ ਅਸੀਂ ਵੀ ਵੜਦਾ
ਤਾਗੇ ਵਾਲੀ ਨਾਲ ਬ੍ਰੋ ਡਿਸਕਵਰੀ ਨਾਲ ਓਏ ਉਹ ਲਪੇਟਣ ਲੱਗਿਆ ਹੋਇਆ ਉਹ ਬਾਈ ਬਾਅਦ ਚ ਲਪੇਟ ਲਈ ਸਾਥੋਂ ਲੈਣੀ ਪੇਚਾ ਲਾ ਪੇਚਾ ਲਾ ਲਾ ਬਾਈ ਗਰਮੀ ਬਹੁਤ ਹੈ ਪੇਚਾ ਲਾ ਲਾ ਤੂੰ ਉਹ ਵੀ ਕਿੱਥੋਂ ਆਇਆ ਸੀ ਨਾ ਬੱਡਣ ਨਜ਼ਾਰਾ ਆ ਗਿਆ ਕੌਣ ਕਹਿੰਦਾ ਤਾਗਾ ਮਾੜਾ ਜੀ ਕੌਣ ਕਹਿੰਦਾ ਸਾਡਾ ਇੰਡੀਆ ਮਾੜਾ ਸੋ ਬਸ ਇੱਕ ਵਾਰੀ ਬੰਦਾ ਬੁਲਾ ਓਏ ਉਹ ਇੱਕ ਦੂਰ ਚਿੱਟਾ ਆ ਦੇਖਦਾ ਆਹੋ ਆ ਦੇਖੋ ਇਹ ਖਿੱਚੇਗਾ ਤੂੰ ਪਰੀ ਜੀ ਦਾ ਹੀ ਕਰਦਾ ਓਏ ਉਹ ਅੱਗੇ ਚਿੱਟਾ ਆ ਵਾ ਉਹ ਨਾ ਖਿੱਚੀ ਕੀ ਆ ਨਾਲੀ ਉਹ ਨਾ ਖਿੱਚੀ ਹਲਕੀ ਤੜਾਮ ਕੋਲੋਂ ਵੇਚਿਆ ਪਿਆ ਜੀ ਆਹ ਖਿੱਚ ਘੱਗਰ ਜੀ ਖਿੱਚਣੀ ਹੈ ਚੱਲ 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 ਲਓ ਬਈ ਆਹ ਘੱਗਰ ਨਾ ਖਿੱਚਣ ਦਾ ਪਲੈਨ ਆ ਹੁਣ ਉਹ ਦੇਖ ਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਿਆ ਅਬੇ ਵਰਤਾ ਹੋਈ ਨਹੀਂ 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 ਹੈ ਕਿ ਵਰ ਲਾ 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 ਉਹ ਜਾਉ ਤੇਰਾ ਪੇਚਾ ਨਹੀਂ ਪਿਆ ਸ਼ੁਕਰ ਆ ਜਾਣਾ ਸੀ ਤੇਰਾ ਨਹੀਂ ਨਹੀਂ ਆਪਣੇ ਕੋਲ ਡਿਸਕਵਰੀ ਆ ਬ੍ਰੋ ਐਂ ਜੇ ਡਿਸਕਵਰੀ ਨੇ ਕੀ ਕਰੂੰ ਧਰੋ ਤੇ ਘੁਮਾ ਕੇ ਜਾ ਧਰ ਦੇ ਤੇ ਵੱਡਿਆ ਗਿਆ ਹੈ ਬਈ ਬੰਦਿਆਂ ਦੇ ਦਿਮਾਗ 'ਚ ਇੰਨਾ ਕੁ ਤਾਂ ਆਇਆ ਹੋਣਾ ਵੀ ਇਹ ਚੜਖੜਾ ਜਿਹਾ ਚੱਕੀ ਫਿਰਦੇ ਯਾਰ ਕਿਹੜਾ ਅਸੀਂ ਤਾਂ ਗੱਟੂ ਨਾਲ ਡਾਉਂਦੇ ਹਾਂ ਵੀ ਇਹ ਚੜਖੜਾ ਜਿਹਾ ਕਿਹੜਾ ਚੱਕੀ ਫਿਰਦੇ ਆ ਵੱਢੀ ਜਾਂਦੇ ਆ ਵੱਢੀ ਜਾਂਦੇ ਹੁਣ ਤੱਕ ਚਾਰ ਪੰਜ ਤਾਂ ਵੱਢਤੇ ਅਸੀਂ ਮਤਲਬ ਬਗਾਨਾ ਮਹੱਲਾ ਯਾਰ ਅਸੀਂ ਉਰੇ ਡਾਉਂਦੇ ਥੋੜ੍ਹੀ ਆ ਅਸੀਂ ਮੰਡੀ ਉਹ ਲੈਂਦੇ ਪਤਾ ਨਾ ਬੰਦਿਆਂ ਦਾ ਪਤਾ ਵੀ ਬੰਦੇ ਕੀ ਵਰਤਦੇ ਆ ਕੀ ਨਹੀਂ ਬਗਾਨਾ ਮਹੱਲਾ ਉਹ ਉੱਧਰ ਦੇਖੋ ਕਿੰਨੇ ਉੱਡਦੇ ਆ ਉੱਧਰਲੇ ਪਾਸੇ ਹਨਾ ਆ ਡਾਲਿਆ ਇਹਨੇ ਫਿਰ ਹੁਣੇ ਖਿੱਚ ਕੇ ਲੈ ਜਾ ਹੁਣੇ ਖਿੱਚ ਹੁਣੇ ਖਿੱਚ ਹੁਣੇ ਖਿੱਚ ਬ੍ਰੋ ਲਾਵਿਆ ਸੀ ਬਈ ਇਹਨੇ ਬੰਦੇ ਨੇ ਨਾ ਵਿੱਚ ਚੱਲ 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 ਸਿੱਧੇ ਸਿੱਧਾ 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 ਓ ਜੀ ਯਾਰ ਚੱਲ ਖਿੱਚ 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 ਗੀ ਵਡਾ ਲਈ ਗਲਤ ਖਿੱਚ ਲੈ ਕੇ ਆ ਤਿੰਨ ਤਾਵੇ ਵਾਲੇ ਦਾ ਪੰਗਾ ਲੈ ਕੇ ਬਸ ਆਖਰੀ ਉਦੋਂ ਬਾਅਦ ਚੱਲਦੇ ਆ ਕਨੇਡਾ ਕਨਾਡਾ ਨੀ ਆਹ ਚੜਾ ਵਧੀਆ ਜਾ ਕੋਈ ਆ ਜੜ ਕਿੰਨਾ ਨੂਹਣਾ ਵਾ ਲਾਓ ਜੀ ਆਹ ਡਾਉਂਦੇ ਆ ਹੁਣ ਬਸ ਆਖਰੀ ਆ ਹਵਾ ਜੀ ਚੱਲੀ ਹਾਂ ਪਾੜ ਗਿਆ ਤਾਂ ਵੀ ਠੀਕ ਆ ਆਖਰੀ ਆ ਲੋਹੜੀ ਤੇ ਤੁਸੀਂ ਫਿਕਰ ਨਾ ਕਰੋ ਤੁਹਾਡੇ ਲਈ ਲੋਹੜੀ ਦੇ ਇਹੋ ਜਿਹੇ ਆ ਪਾੜਿਆ ਆ ਸਾਈਡ ਤੋਂ ਲੋਹੜੀ ਦੇ ਇਹੋ ਜਿਹੇ ਵਲੋਗ ਆਉਣਗੇ ਤੁਸੀਂ ਹੱਥ ਲਾ ਲਾ ਦੇਖੋਗੇ ਕੰਨਾਂ ਨੂੰ ਆਹ ਕੀ ਹੋ ਗਿਆ ਕਰਦੇ ਡੀਜੇ ਡੂਜੇ ਵੀ ਆਹ ਹਾ ਹਾ ਆਪਣਾ ਸੱਤ ਤਿੰਨ ਤਾਵਾ ਹੌਲੀ ਰੌਣਕਾਂ ਮਾਰੀ ਆਹ ਲੈਂਦਾ ਵਾ ਲੈਂਦਾ ਵਾ ਯਾਰ ਤੇਰਾ ਯਾਰ ਤੇਰਾ ਡਿਫਾਲਟਰ ਨੀ ਪਹਿਲਾਂ ਹੀ ਲਾਉਣ ਆਉਣਗੇ ਇਹਨਾਂ ਦਾ ਵਿੱਚ ਵਧਾ ਲਾ ਇਹਨੂੰ ਲੋਹੜੀ ਦੇ ਆਪਣੇ ਤੋਂ 15 ਫੁੱਟ ਚੜ੍ਹ ਜਾਣਗੇ ਫਿਰ ਹਵਾ ਹੋਣੀ ਚਾਹੀਦੀ ਹੈ ਸਭ ਕੁਝ ਚੜੂਗਾ ਆਹ ਦੇਖ ਆਹ ਦੇਖ ਲਾਉਣ ਆ ਗਏ ਵਿੱਚ ਲਾ 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 ਇਹਨਾਂ ਰੱਖ ਦੇ ਕਰ ਉੱਤੇ ਕਰ ਬ੍ਰੋ ਕਿੰਨੇ ਉੱਡਣ ਲੱਗ ਗਏ ਹਨਾ ਮਾਹੌਲ ਘੈਂਟ ਬਣ ਗਿਆ ਪੂਰਾ ਉੱਤੇ ਕਰ ਵਧਾ ਲੈਣ ਦੇ ਨਹੀਂ ਹੋਈ ਜਾਣਾ ਹਵਾ ਬੰਦ ਹੋ ਗਈ ਫਿਰ ਝਾਕੇਗਾ ਉਹ ਲੈ ਗਿਆ ਕਰ ਲਾ ਕੱਟ ਖੁਸ਼ ਹਾਂ ਉਹ ਗਿਆ ਪਤਾ ਹੀ ਲੱਗਿਆ ਨਾ ਲਾਈਕ ਹੋਰ ਵੱਡਾ ਹੀ ਡਾਉਂਦੇ ਆ ਬ੍ਰੋ ਇਹਨਾਂ ਚੋਂ ਹੀ ਘੈਂਟ ਜਿਹਾ ਕੋਈ ਹੁਣ ਆਪਾਂ ਨੈਕਸਟ ਡਾਉਂਦੇ ਆ ਉਹ ਪਿੰਕ ਵਾਲਾ ਪਿੰਕ ਵਾਲੇ 'ਚ ਪਾ ਡਿਜ਼ਾਇਨ ਚੈੱਕ ਕਰਾ ਇੱਕ ਵਾਰ ਕੱਢ ਕੇ ਯਾਰ ਆਹ ਕੀ ਹੈ ਤੁੱਕਲਾ ਅੱਛਾ ਪਰੇ ਨੇ ਇਹ ਪੁੱਠਾ ਪਾਸਾ ਉਹਨਾਂ ਦਾ ਮੈਨੂੰ ਤਾਂ ਲੱਗਦਾ ਬਈ ਇਹ ਆਪਣੇ ਜਾਣੇ ਹੀ ਆ ਵੱਡੇ ਵੱਡੇ ਹਵਾ ਇੰਨੀ ਵਧਾਉਣ ਨਹੀਂ ਦਿੰਦੇ ਓਏ ਮਾਹੌਲ ਪੂਰਾ ਘੈਂਟ ਬਣ ਗਿਆ ਹੌਲੀ ਹੌਲੀ ਲਓ ਜੀ ਵਾਓ ਔਸਮ ਨਾਈਸ ਡਿਜ਼ਾਈਨ ਮੈਨ ਨਾਈਸ ਡਿਜ਼ਾਈਨ ਓਹੋ ਐਤਕੀ ਐਤਕੀ ਲਾ ਦੇ ਇਹਨੂੰ ਮਾੜਾ ਕੁ ਦੂਰ ਆਲੇ ਦੁਆਲੇ ਕੋਈ ਹੈ ਨਹੀਂ ਨਾ ਦੂਰ ਲਾ ਦੇ ਓਏ ਮਨਵੀਰ ਜਿੰਨਾ ਦੂਰ ਲੱਗਦਾ ਲਾ ਦੇ ਐਂ ਕਰਨਾ ਨੇੜੇ ਤੇੜੇ ਕੋਈ ਹੈ ਨਹੀਂ ਮਾੜਾ ਕੁ ਫਾਇਦਾ ਚੱਕੀਏ ਰੋਟੀ ਰਾਟੀ ਖਾਣ ਗਏ ਹੋਣੇ ਆ ਹੁਣ ਹੋਣ ਲੱਗੀ ਹੈ ਨਾ ਜਾਲੋ ਜਾਲੋ ਲਓ ਜੀ ਵੀ ਐਂ ਚੈੱਕ ਕਰੋ ਇੱਕ ਵਾਰ ਹਵਾ ਜੁੜਦਾ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ
ਬਿਆਨ ਤਾਂ ਪੂਰਾ ਬੰਬ ਆ ਜਿਵੇਂ ਸਕੂਲ ਦੀ ਵਰਦੀ ਹੀ ਨਹੀਂ ਹੁੰਦੀ ਲੋਗੋ ਲੱਗਿਆ ਹੁੰਦਾ ਬਸ ਹਰ ਗਈ ਆ ਜਾਣ ਦੇ ਹਵਾ ਫੇਰ ਘਟ ਗਈ ਯਾਰ ਟਰਾਇੰਗ ਆਵਰ ਲੈਵਲ ਬੈਸਟ ਟੂ ਫਲਾਈ ਦਿਸ ਕਾਈਟ ਆਹ ਆਖਰੀ ਆ ਬਸ ਹੈ ਨਾ ਹਵਾ ਚੱਲ ਰਹੀ ਆ ਵਿੱਚ ਬੰਦ ਹੋ ਰਹੀ ਆ ਇਹਦੇ ਨਾਲ ਪੇਚੇ ਲਾ ਕੇ ਟਾਟਾ ਬਾਏ ਬਾਏ ਕਰਦੇ ਆ ਇੱਕ ਵਾਰੀ ਬਾਅਦ ਪਤੰਗ ਬਾਜ ਜਾਂਦੇ ਆ ਦੇ ਦੇ ਉਹੀ ਸੱਟ ਦੇ ਥੱਲੇ ਪੁੱਠੇ ਪਾਸੇ ਨੂੰ ਡਾਉਣ ਲੱਗ ਗਿਆ ਹਿੱਲ ਪੈ ਗਈ ਹਿੱਲ ਪੈ ਗਈ ਗਾਇਸ ਪਾੜਦੇ ਪਾੜਤਾ ਜੀ ਯੁੱਧ ਲੜ ਪਏ 150 ਰੁਪਇਆ ਪਾੜਤਾ ਲਓ ਜੀ ਅੱਜ ਦਾ ਵਲੋਗ ਉਰੇ ਐਂਡ ਕਰਦੇ ਹਾਂ ਹਾਲਤ ਤੁਹਾਨੂੰ ਦਿਖ ਹੀ ਰਹੀ ਹੋਊ ਸਾਨੂੰ ਆਦਤ ਨਹੀਂ ਗਰਮੀ 'ਚ ਪਤੰਗ ਉਡਾਉਣ ਦੀ ਇੰਨੀ ਕੁ ਹਿੰਮਤ ਸੀ ਉਡਾ ਲਏ ਤੁਹਾਡੇ ਲਈ ਵਲੋਗ ਸ਼ੂਟ ਕਰ ਲਿਆ ਸਾਰੇ ਪਤੰਗ ਬਚ ਗਏ ਨੇ ਜੀ ਹਵਾ ਚੱਲਦੀ ਹੋਰ ਵੀ ਡਾ ਲੈਂਦੇ ਬਟ ਗਰਮੀ ਨਾਲ ਦੋਨੇ ਪਾਗਲ ਹੋਏ ਪਏ ਹਾਂ ਤਾਂ ਇਸ ਲਈ ਹੁਣ ਅਸੀਂ ਚੱਲੇ ਹਾਂ ਤੁਹਾਨੂੰ ਜੇ ਵਲੋਗ ਜਿੰਨਾ ਕੁ ਵੀ ਬਣਿਆ ਯਾਰ ਜਿੰਨੀ ਸਾਡੀ ਹਿੰਮਤ ਸੀ ਪਸੰਦ ਆਇਆ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ।